ਹਰ ਇੱਕ ਦਾ ਸਾਰੇ ਵੀਡੀਓ ਸਾਰੇ ਪਾਸੇ ਪਹੁੰਚਾਓ ਤੁਹਾਡੇ ਕੰਮ ਦੀ ਗੱਲ ਹੈ ਜੀ ਕੈਨੇਡਾ ਦਾ ਇੱਕ ਪ੍ਰੋਗਰਾਮ ਚੱਲਦਾ ਰਿਫਿਊਜੀਆਂ ਦਾ ਇਹਦਾ ਤੁਹਾਨੂੰ ਬਾਅਦ ਚ ਤਸਵੀਰਾਂ ਦਿਖਾਉਣਾ ਪਹਿਲਾਂ ਇੱਕ ਤਸਵੀਰ ਦਿਖਾ ਦੇਣਾ ਹੋਰ ਅੱਜ ਦੇ ਦਿਨ ਕੀ ਹੋਇਆ ਨੈਲਸਨ ਮੰਡੇਲਾ 27 ਸਾਲ ਜੇਲ੍ਹ ਚ ਰਿਹਾ ਸੀ ਦੀਨ ਦੁਨੀਆਦਾਰੀ ਦੀਆਂ ਗੱਲਾਂ ਆਪਣੇ ਨਾਗਾਲੈਂਡ ਚ ਦੰਗੇ ਹੋਣ ਦੀ ਕੋਸ਼ਿਸ਼ ਹੋਈ ਆ ਚਲਦੀ ਚਲਦੀ ਸ਼ੇਅਰ ਕਰ ਦਿਓ ਸਾਨੂੰ ਤੱਥ ਦਿਖਾਉਣਾ ਜੀ ਦੇਖੋ ਜੀ ਕੈਨੇਡਾ ਸਰਕਾਰ ਦਾ ਇੱਕ ਪ੍ਰੋਗਰਾਮ ਚੱਲਦਾ ਆ 1970 ਤੋਂ ਦੇਖ ਸਕਦੇ ਆ ਜੀ ਇੰਡੋਚਾਈਨਾ ਰਿਫਿਊਜੀ ਕ੍ਰੈਸਿਸ ਤੋਂ ਬਾਅਦ 1970 ਤੋਂ ਹੁਣ ਹੁਣ ਤੱਕ 330000 ਲੋਕ ਕੈਨੇਡਾ ਚ ਆ ਗਏ ਆ ਪ੍ਰਾਈਵੇਟ ਸਪਾਂਸਰਸ਼ਿਪ ਰਿਫਿਊਜੀ ਪ੍ਰੋਗਰਾਮ ਨਾਲ ਇਹ ਕਿੱਦਾਂ ਆ ਇੱਕ ਇੱਥੇ ਦਾ ਸਿਟੀਜ਼ਨ ਬੰਦਾ ਕਿੱਦਾਂ ਰਿਫਿਊਜੀ ਸੱਦ ਸਕਦਾ ਪੰਜ ਜਣੇ ਚਾਹੀਦੇ ਹੋ ਮੈਂ ਤੁਹਾਨੂੰ ਹੋਰ ਤਸਵੀਰਾਂ ਦਿਖਾਉਣਾ ਸਾਰੇ ਹੀ ਪਾਸੇ ਸ਼ੇਅਰ ਕਰਿਓ ਤਾਂ ਜੋ ਹੋਰਾਂ ਨੂੰ ਵੀ ਪਤਾ ਲੱਗੇ ਗੋਰੇ ਇਦਾਂ ਰਿਫਿਊਜੀਆ ਨੂੰ ਸੱਦੀ ਜਾਂਦੇ ਆ ਗੋਰੇ ਇਕੱਠੇ ਹੋਗੇ ਤੇ ਆਪਣੇ ਪੰਜਾਬੀ ਵੀ ਸੱਦ ਸਕਦੇ ਜੇ ਕਿਸੇ ਨੂੰ ਸੱਦਣਾ ਚਾਹਣ ਉਹਦੇ ਲਈ ਕੀ ਕੀ ਚਾਹੀਦਾ ਹਨਾ ਦੇਖੋ ਹਾਊ ਯੂ ਕੈਂਪ ਸਪੌਂਸਰ ਹੈ ਰਫਿਊਜੀ ਹੈ ਨਾ ਇਹਦਾ ਥੋੜਾ ਜਿਹਾ ਦਿਖਾਉਣਾ ਤੁਹਾਨੂੰ ਥੋੜਾ ਗਾਂ ਜਾ ਕੇ ਸਾਰੇ ਪਾਸੇ ਸ਼ੇਅਰ ਕਰੋ ਤਾਂ ਜੋ ਹੋਰਾਂ ਨੂੰ ਵੀ ਪਤਾ ਲੱਗੇ 1 ਸਕਿੰਟ ਮੈਂ ਵੀ ਸ਼ੇਅਰ ਕਰ ਦਵਾ ਜੀ ਆ ਦੇਖੋ ਹਿੰਦੀ ਜਿਹਾ ਸਵਾਲ ਪੇਜ ਆਪਣਾ ਵੀਡੀਓ ਚੱਲਦੀ ਪਈ ਆ ਆ ਲਓ ਜੀ ਆਪਾਂ ਵੀ ਕਰਨ ਲੱਗੇ ਜੀ ਸੱਤ ਸ਼ੇਅਰ ਹੋਇਆ ਸਾਡੇ ਵਾਲੋਂ ਵੀ ਸ਼ੇਅਰ ਹੈ ਨਾ ਲਓ ਜੀ ਇੱਕ ਸਕਿੰਟ ਰੁਕ ਜਾਓ ਜੀ ਤੇ ਤੁਹਾਨੂੰ ਦਿਖਾਉਨੇ ਆ ਜੀ ਇਹ ਕਿੱਦਾਂ ਸਪੌਂਸਰ ਕਰ ਸਕਦੇ ਹੁਣ ਮੈਂ ਭਰਾਵੋ ਜੇ ਕਈ ਮੈਨੂੰ ਕਹਿੰਦੇ ਰਹਿੰਦੇ ਭਾਜੀ ਸਪੌਂਸਰ ਕਰ ਲਓ ਭਰਾਵੋ ਮੈਂ ਤਾਂ ਆਪ ਤੁਹਾਡੇ ਵਰਗਾ ਆ ਹਨਾ ਮੈਂ ਨਹੀਂ ਕਰ ਸਕਦਾ ਇਦਾਂ ਪੰਜ ਸਿਟੀਜ਼ਨ ਚਾਹੀਦੇ ਆ ਮੈਂ ਤਾਂ ਸਿਟੀਜ਼ਨ ਹੀ ਹੈ ਨਹੀਂਗਾ ਮੇਰਾ ਤਾਂ ਹਾਲ ਆ ਪ੍ਰਫਿਊਜੀਆਂ ਵਾਲਾ ਭਰਾ ਬੋ ਸਾਡਾ ਕੋਈ ਹੋ ਕੀ ਕਹਿੰਦੇ ਹੁੰਦੇ ਹਮ ਤੋਂ ਫਕੀਰ ਹੈ ਬੈਗ ਉਠਾ ਕੇ ਚੱਲ ਪੜੇਗੇ ਤੇ ਤੁਹਾਨੂੰ ਹੋਰ ਦਿਖਾਉਣਾ ਜੀ ਪਹਿਲਾਂ ਆ ਜਾਓ ਪਹਿਲਾਂ ਸਿੱਧੂ ਦੀਆਂ ਕਤੂਤਾਂ ਦਿਖਾਉਣੇ ਆ ਉਹ ਸਿੱਧੂ ਆ ਉਹ ਸਿੱਧੂ ਆ ਪਾ ਕੇ ਸਲਵਾਰ ਤੇ ਪੈਰੀ ਹੱਥ ਤੂੰ ਸੋਨੀਆ ਗਾਂਧੀ ਦੇ ਲਾਉਣਾ ਬੱਲੇ ਉਹ ਤੇਰੇ ਸਦਕੇ ਜਾਵਾਂ ਤੇ ਦਿੱਲੀ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਤੇ ਜਿਹੜੇ ਪੰਜਾਬ ਦੇ ਟੀਚਰ ਹੈ ਜਿਹਨਾਂ ਦਾ ਛੱਤਰ ਮਾਰਦੀ ਪੰਜਾਬ ਪੁਲਿਸ ਹੋ ਨਹੀਂ ਤੈਨੂੰ ਦੱਸਿਆ ਦਿੱਲੀ ਕਿੱਥੇ ਕੋਹਾ ਮੀਲ ਮੀਲਾ ਦੂਰ ਕੋਹਾਮੀ ਹੈ ਕੋਹਾਮੀ ਲੇਗੀ ਹੋਏ ਮੀਲਾ ਦੂਰ ਕਿੱਥੇ ਦਿੱਲੀ 'ਚ ਤੈਨੂੰ ਦਿੱਲੀ ਦੇ ਟੀਚਰ ਦਿਸ ਗਏ ਆ ਦੇਖੋ ਸੋਨੀਆ ਗਾਂਧੀ ਤੇ ਜਦੋਂ ਪੈਰੀ ਹੱਥ ਲਾਇਆ ਸੀ ਤੇ ਬੀਬੀ ਸੋਨੀਆ ਗਾਂਧੀ ਨੂੰ ਕਹਿਣਾ ਸੀ ਵੀ ਨਾ ਪੈਰਾਂ 'ਚੋਂ ਮੈਨੂੰ ਵਰਦਾਨ ਦੇ ਕਿਉਂਕਿ ਸੋਨੀਆ ਗਾਂਧੀ ਦਾ ਪਹਿਲਾ ਪਿਆਰ ਫਰੈਂਕੋ ਇਟਾਲੀਅਨ ਫੁੱਟਬਾਲਰ ਪਲੇਅਰ ਸੀ ਵਧੀਆ ਪਲੇਅਰ ਸੀ ਚਲੋ ਇਟਲੀ ਵਾਲਿਆਂ ਨੂੰ ਹੁਣ ਅੱਜ ਕੱਲ੍ਹ ਹਰ ਪਾਸੇ ਉਹਦਾ ਨਿੱਜੀ ਜ਼ਿੰਦਗੀ ਸੀ ਪਹਿਲਾ ਪਿਆਰ ਸੀ ਉਹਦਾ ਵਾਟ ਐਵਰ ਉਹ ਮੈਂ ਉਹ ਇਸ਼ੂ ਨਹੀਂ ਕਹਿਣਾ ਮੈਂ ਕਹਾਂ ਜਦੋਂ ਪੈਰੀ ਹੱਥ ਲਾਇਆ ਵਰਦਾਨ ਲੈ ਲੈਣਾ ਸੀ ਬੀਬੀ ਤੋਂ ਭਾ ਇੰਡੀਆ 'ਚ ਵੀ ਕੋਈ ਟੌਪ ਦਾ ਪ ਨਾਲੜੋ ਵਰਗਾ ਹਨਾ ਸੋ ਇਹ ਇਹ ਆ ਜੀ ਇਹ ਸੋਨੀਆ ਗਾਂਧੀ ਦਾ ਪਹਿਲਾ ਦੋਸਤ ਪਿਆਰ ਫ੍ਰੈਂਕੋ ਇਟਲੀ ਵਾਲਾ ਵਧੀਆ ਫੋਟੋ ਵਾਲ 플레이ਰ ਸੀ ਇਹ ਹਨਾ ਸੋ ਹੋਰ ਦਿਖਾਉਨੇ ਆ ਜੀ ਅੱਜ ਆ ਕੇ ਬੈਠਾ ਦਿੱਲੀ ਚੋ ਓ ਭਰਾਵਾ ਤੈਨੂੰ ਪੰਜਾਬ ਦੇ ਪੰਜਾਬ ਚ ਕੀ ਕਰਦੀ ਪੰਜਾਬ ਪਹਲ ਟੀਚਰਾਂ ਦੇ ਕੱਲ ਦੀ ਆ ਨਿਊਜ਼ ਪੁਰਾਣੀ ਨਹੀਂ ਤੁਹਾਨੂੰ ਕੱਲ ਦੀ ਦਿਖਾਉਣਾ ਹੈ ਬੈਠਾ ਹੈ ਜੀ ਦਿੱਲੀ ਚ ਮੁੱਖ ਮੰਤਰੀ ਦਿੱਲੀ ਦੇ ਦੇ ਆਮ ਆਦਮੀ ਵਾਲੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਉੱਥੇ ਟੀਚਰ ਕੋਈ ਮੰਗਾ ਲੈ ਕੇ ਬੈਠੇ ਹੋਣਗੇ ਉਹਨਾਂ ਦਾ ਸਾਥ ਦੇ ਰਿਹਾ ਹਾਂਜੀ ਜੀ ਇਹ ਬੰਦਾ ਮੇਰੇ ਬਿਲਕੁਲ ਦਿਲੋਂ ਲੈ ਗਿਆ ਨਵਜੋਤ ਸਿੰਘ ਸਿੱਧੂ ਭਾਈ ਚੱਲ ਤੇਰੇ ਤੱਕ ਮੇਰੀ ਵੀਡੀਓ ਪਹੁੰਚਦੀ ਜਾਂ ਨਹੀਂ ਪਹੁੰਚਦੀ ਜਦੋਂ ਮਾਰਚ 1997 ਚ ਤੂੰ 201 ਸਕੋਰ ਬਣਾਇਆ ਸੀ ਵੈਸਟ ਇੰਡੀਜ਼ ਦੇ ਵਿਰੁੱਧ ਐمبرੋਜ਼ ਬਾਲਚੁਨੀ ਜਦੋਂ ਖੇਲਦੇ ਹੁੰਦੇ ਸੀ ਮੈਨੂੰ ਪਤਾ ਉਦੋਂ ਮੈਂ ਹੁੰਦਾ ਵੀ ਛੋਟਾ ਜਿਹਾ ਸੀ ਕਿੱਦਾਂ ਮੈਂ ਜਾਗ ਜਾ ਕੇ ਤੇਰੀ ਉਹ ਇਨਿੰਗ ਦੇਖੀ ਸੀ ਕਿੰਨਾ ਪਿਆਰ ਸੀ ਕਿੰਨਾ ਮੋਹ ਸੀ ਵੀ ਇੱਕ ਪੰਜਾਬੀ ਓਪਨਰ ਆਉਂਦਾ ক্রিকেট ਚ ਪਰ ਤੂੰ ਲੈ ਗਿਆ ਲੈ ਗਿਆ ਜ਼ੀਰੋ ਤੋਂ ਵੀ ਜ਼ੀਰੋ ਹੋ ਗਿਆ ਤੂੰ ਦਾ ਭਰਾਵਾ ਤੇਰੀਆਂ ਜਿਹੜੀਆਂ ਹਰਕਤਾਂ ਆ ਆ ਲੈ ਆ ਨਹੀਂ ਤੈਨੂੰ ਦਿਸੇ ਪ੍ਰੋਟੈਸਟਿੰਗ ਟੀਚਰ ਮਾਰਚਿੰਗ ਪੰਜਾਬ ਸੀਐਮ ਹਾਊਸ ਲਾਠੀ ਚਾਰਜਿੰਗ ਮੋਹਾਲੀ ਆ ਤਰੀਕ ਦੇਖ ਲੈ 4 ਦਸੰਬਰ ਦੀ ਤਰੀਕ ਹੈ ਕੱਲ ਦੀ ਆ IST Indian Standard Time ਹੈ ਨਾ ਅਕਲ ਦੀ ਆ ਦਿੱਲੀ ਵਾਲੇ ਤਾਨੂੰ ਦਿਸ ਗਿਆ ਧਰਨੇ ਤੇ ਬੈਠੇ ਆ ਜਿਹੜਾ ਚੰਨੀ ਦੇ ਘਰ ਦੇ ਬਾਹਰ ਲਾਠੀਆਂ ਮਾਰੀਆਂ ਉਹ ਨਹੀਂ ਦਿਸੀਆਂ ਤੇ ਚੰਨੀ ਸਾਹਿਬ ਕਹਿੰਦੇ ਮੈਂ ਫੁੱਟਬਾਲ ਵੀ ਖੇਡਦਾ ਰਿਆ ਲਓ ਜੀ ਆਹੋ ਪਈ ਦੇਖੋ ਯਾਰ ਰਾਜਨੀਤੀ ਕਿੰਨੀ ਗੰਦੀ ਚੀਜ਼ ਆ ਪਹਿਲਾਂ ਆਪਣਾ ਘਰ ਤਾਂ ਕਹਿੰਦੇ ਨਹੀਂ ਹੁੰਦੇ ਪਈ ਕਿਸੇ ਹੋਰ ਦੇ ਘਰ ਦੀ ਸਫਾਈ ਜਾਂ ਵਾਟ ਐਵਰ ਕਰਨ ਤੋਂ ਪਹਿਲਾਂ ਆਪਣੇ ਘਰ ਛਾਤੀ ਮਾਰਨੀ ਚਾਹੀਦੀ ਆ ਬੰਦੇ ਨੂੰ ਕਹ ਨਹੀਂ ਅੱਜ ਪੰਜਾਬ ਪੁੱਤਾਂ लाਠੀਆਂ ਮਾਰਦੀ ਪੰਜਾਬ ਦੇ ਟੀਚਰਾਂ ਦੇ ਅੱਜ ਦੀ ਨਿਊਜ਼ ਆ ਹਨਾ ਜਾਂ ਤਾਂ ਹੋਵੇ ਵੀ ਬਾਈ ਤੂੰ ਪੁਰਾਣੀ ਲਿਆਂਦੀ ਨਾਲ ਡੇਟ ਵੀ ਸਪੈਸ਼ਲ ਦਿਖਾਈਦੀ ਆ ਵੀ ਤੂੰ ਦਿੱਲੀ ਹਰਿਆਣਾ ਟੱਪ ਕੇ ਤੇ ਤੂੰ ਦਿੱਲੀ ਜਾ ਹੋਇਆ ਇਹਨਾਂ ਦਾ ਹੀ ਹਾਲ ਪੁੱਛ ਲੈਣਾ ਹਾਏ ਰਾਜਨੀਤੀ ਕਰਨ ਵਾਲੇ ਇਦਾਂ ਨਹੀਂ ਵੋਟਾਂ ਪੈਂਦੀਆਂ ਭੁੱਲ ਜਾਓ ਆ ਲਓ ਆ ਦੇਖ ਕਿੰਨੇ ਜਣੇ ਆ ਲਾਠੀਆਂ ਮਾਰਨ ਵਾਲੇ ਇੱਕ ਬੰਦੇ ਦੇ 1 2 3 4 5 6 7 8 9 10 11 12 13 14 15 ਜਣੇ 15 ਜਣੇ ਇੱਕ ਜਣੇ ਤੇ ਲਾਠੀਆਂ ਮਾਰਦੇ ਆ ਬੱਲੇ ਉਹ ਸਦਕੇ ਤੁਹਾਡੇ ਪੰਜਾਬ ਪੁਲਿਸ ਦੇ ਸੂਰਮਿਆਂ ਸਦਕੇ ਜਾਵਾ ਤੁਹਾਨੂੰ ਦਿੱਤਾ ਜਾਵੇ ਮੈਂ ਕਹਿੰਦਾ ਭਾਰਤ ਦਾ ਸਭ ਤੋਂ ਉੱਚਾ ਬਾੜ ਭਾਰਤ ਰਤਨ ਭਾਰਤ ਰਤਨ ਤੋਂ ਇੱਕ ਗੱਲ ਚੇਤੇ ਆ ਗਈ ਉਹ ਵੀ ਸਾਂਝੀ ਕਰ ਦਵਾ ਤੁਹਾਡੇ ਨਾਲ ਤੇ ਅੱਜ ਦੇ ਦਿਨ ਨੈਲਸਨ ਮੰਡੇਲਾ ਜੀ ਦੀ ਡੈਥ ਹੋਈ ਸੀ 5 ਦਸੰਬਰ 2013 ਨੂੰ ਜਿਨ੍ਹਾਂ ਨੂੰ ਭਾਰਤ ਦਾ ਸਭ ਤੋਂ ਉੱਚਾ ਵਾਰਡ ਭਾਰਤਤਨ ਪ੍ਰਦਾਨ ਕੀਤਾ ਗਿਆ ਸਿਰਫ ਦੋ ਬੰਦੇ ਆ ਜਿਨ੍ਹਾਂ ਨੂੰ ਭਾਰਤ ਦਾ ਉੱਚਾ ਵਾਰਡ ਭਾਰਤਤਨ ਪ੍ਰਦਾਨ ਕੀਤਾ ਗਿਆ ਜਿਨ੍ਹਾਂ ਦਾ ਜਨਮ ਭਾਰਤ 'ਚ ਨਹੀਂ ਹੋਇਆ ਉਹ ਹੈਗੇ ਜੀ ਨੈਲਸਨ ਮੰਡੇਲਾ ਤੇ ਖਾਨ ਅਬਦੁਲ ਗਫਾਰ ਖਾਨ ਆਪਣੇ ਇਧਰ ਪਾਕਿਸਤਾਨ ਅਫਗਾਨਿਸਤਾਨ ਦੇ ਹਨਾ ਨੈਲਸਨ ਮੰਡੇਲਾ ਜੀ 27 ਸਾਲ 27 ਸਾਲ ਫਿਰ ਕਹਤਾਂ ਮੈਂ 27 ਸਾਲ ਤੱਕ ਜੇਲ੍ਹ ਚ ਰਹੇ ਆ ਜਿੱਦਾਂ ਇੱਕ ਵਾਰੀ ਕਹਿੰਦਾ ਸੀ ਬਾਦਲ ਸਾਹਿਬ 38 ਸਾਲ ਕਹਿੰਦਾ ਸੀ ਘਰੇ ਹਨਾ ਤੇ 27 ਸਾਲ ਜਿਹੜੀ ਜੇਲ੍ਹ ਚ ਰਿਹਾ ਉਹ ਵੀ ਤੁਹਾਨੂੰ ਦਿਖਾਉਣਾ ਬਾਈ ਜੀ ਹੈਗੇ ਆ ਸੂਰਮੇ ਸੋ ਸਾਰੀ ਕੱਲਾ ਆਪਣਾ ਇਤਿਹਾਸ ਨਹੀਂ ਦੁਨੀਆ ਚ 200 ਤੋਂ ਵੱਧ ਦੇਸ਼ ਆ ਸਾਰੇ ਦੇਸ਼ਾਂ ਦੀਆਂ ਬਹੁਤ ਜ਼ਿਆਦਾ ਕਮਿਊਨਿਟੀਆਂ ਦੇ ਵੱਖਰੇ ਵੱਖਰੇ ਇਤਿਹਾਸ ਆ ਸੋ ਹਰ ਜਗ੍ਹਾ ਸੂਰਮੇ ਹੀ ਜੰਮੇ ਆ ਦੁਨੀਆ 'ਚ ਕਿਉਂ ਜੰਮੇ ਆ ਕਿਉਂਕਿ ਉਦੋਂ ਸਰਵਾਈਵ ਕਰਨਾ ਔਖਾ ਸੀ ਉਦੋਂ ਮਾਹੌਲ ਹੀ ਇਦਾਂ ਦਾ ਸੀ ਹੁਣ ਜੇ ਜੇ ਤੁਸੀਂ ਆਪ ਰਹਿਣਾ ਸਹਿਣਾ ਉਦੋਂ ਚੰਗੇਜ਼ ਖਾਨ ਨੇ ਹਮਲਾ ਕਰਤਾ ਉਹਨਾਂ ਨਾਲ ਲੜਨਾ ਪੈਣਾ ਸੀ ਸਿਕੰਦਰ ਸਿਗਾ ਹਨਾ ਹੋਰ ਵੀ ਆਪਣਾ ਆਟੋਨਮ एंपਾਇਰ ਸੀ ਸੋ ਸਾਰੀ ਦੁਨੀਆ ਹੀ ਇਦਾਂ ਸੀ ਉਦੋਂ ਸਰਵਾਈਵ ਹੀ ਸੂਰਮੇ ਕਰਦੇ ਸੀ ਇੱਥੇ ਜਿਆ ਕਟਾਪੂਜ ਆ ਰੋਵਨ ਆਈਲੈਂਡ ਇੱਥੇ ਰੱਖਿਆ ਗਿਆ ਸੀਗਾ ਆਪਣੇ ਨੈਲਸਨ ਮੰਡੇਲਾ ਜੀ ਨੂੰ ਇੱਧਰ ਹਨਾ ਦੇਖ ਸਕਦੇ ਆ ਤੇ ਬਾਕੀ ਇੱਕ ਚੀਜ਼ ਤੁਹਾਨੂੰ ਹੋਰ ਸਾਂਝੀ ਕਰ ਦਵਾਂ ਅੱਗੇ ਵੀ ਵੈਸੇ ਕੀਤੀ ਉਹ ਆ ਸਾਊਥ ਅਫਰੀਕਾ ਦੀਆਂ ਤਿੰਨ ਰਾਜਧਾਨੀਆਂ ਆ ਤੇ ਸਾਊਥ ਅਫਰੀਕਾ ਦੇ ਵਿੱਚ ਆ ਇੱਕ ਦੇਸ਼ ਦੇਖ ਸਕਦੇ ਆ ਜਿੱਦਾ ਇਟਲੀ ਦੇ ਵਿੱਚ ਸੈਨ ਮਰੀਨੋ ਤੇ ਵੈਟਿਕਨ ਆ ਤੇ ਸਾਊਥ ਅਫਰੀਕਾ ਦੇ ਵਿੱਚ ਇੱਕ ਹੋਰ ਦੇਸ਼ ਆ ਲਿਸੋਥੋ ਹਨਾ ਇਹ ਵਿਚਾਰੇ ਦੇ ਆਲੇ ਦੁਆਲੇ ਸਾਰਾ ਸਾਊਥ ਅਫਰੀਕਾ ਹੀ ਆ ਹਨਾ ਇੱਕ ਆ ਸਵਾਜੀਲੈਂਡ ਕਿਹੜਾ ਦੇਸ਼ ਆ ਹਨਾ ਇਹ ਵੀ ਦੱਸਾਂਗੇ ਤੇ ਇੱਕ ਆ ਨਮੀਬੀਆ ਦੇਸ਼ ਆ ਹਨਾ ਤੇ ਇਹਦਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਨਵੀਵੀਆ ਇੱਕ ਅਜਿਹਾ ਦੇਸ਼ ਆ ਜਿੱਥੇ ਕੇ ਰੇਗਿਸਤਾਨ ਨਾਲ ਸਮੁੰਦਰ ਹਾਂਜੀ ਦੁਨੀਆ 'ਚ ਇੱਕ ਇੱਕ ਅਲੌਕਿਕ ਦ੍ਰਿਸ਼ ਹੈ ਆ ਹੋਰ ਦੁਨੀਆ 'ਚ ਦੇਖ ਲੋ ਕਿੱਡੀ ਦੁਨੀਆ ਹੋਰ ਕਿਤੇ ਇਹ ਰੇਅਰ ਹੀ ਚਾਂਸ ਆ ਸੋ ਨਵੀਵੀਆ 'ਚ ਨਾਵੀਬ ਡੇਜ਼ਰਟ ਪਈ ਹਨਾ ਰੇਗਿਸਤਾਨ ਜਿਹਨੂੰ ਕਹਿੰਦੇ ਆ ਵੀ ਇੱਕ ਪਾਸੇ ਰੇਗਿਸਤਾਨ ਆ ਤੇ ਇੱਕ ਪਾਸੇ ਸਮੁੰਦਰ ਨਾਲ ਮਿਲਦਾ ਹਨਾ ਸੋ ਦੁਨੀਆ ਚ ਹੋਰ ਕਿਤੇ ਇਦਾਂ ਦਾ ਹੈ ਨਹੀਂਗਾ ਹਨਾ ਸੋ ਦੇਖ ਸਕਦੇ ਆ ਸੋ ਇਦਾਂ ਦੀਆਂ ਚੀਜ਼ਾਂ ਸ਼ੇਅਰ ਕਰਿਆ ਕਰੋ ਜੀ ਵੱਧੋ ਵੱਧ ਕਹਿਣਾ ਹੀ ਨਾ ਪਵੇ ਹਨਾ ਸੋ ਕੋਸ਼ਿਸ਼ ਹੁੰਦੀ ਆ ਕੁਝ ਵੱਖਰਾ ਦਿਖਾਉਣ ਦੀ ਹਨਾ ਆਪਣੇ ਤਾਂ ਉਹੀ ਭਰਾਵੋ মিডিਆ ਵਾਲੇ ਉਹ ਵਿਚਾਰੀ ਧੀ ਰਾਣੀ 2 ਸਾਲ ਦੀ ਨੂੰ ਮਾਰਤਾ ਗਿਆ ਉਹੀ ਕਹਿਓ ਯਾਰ ਸ਼ਰਮ ਕਰ ਲਿਆ ਕਰੋ ਭਰਾਵੋ ਕੈਮਰਾ ਚੱਕ ਕੇ ਜਣਾ ਖਣਾ ਉਹਦਾ ਘਰਦਿਆਂ ਦਾ ਕੀ ਹਾਲ ਹੋਇਆ ਪਰ ਤੁਸੀਂ ਆਪਣੇ ਵਿਊ ਲੈਣ ਦੀ ਖਾਤਰ ੱੱਕੇ ਨਾਲ ਮਾਈਕੋ ਨਾਲ ਦੇ ਮੂੰਹ ਚ ਦੇਈ ਜਾਂਦੇ ਤੇ ਦੂਜੀ ਗੱਲ ਜੇ ਤੁਹਾਨੂੰ ਸਾਲੀ ਟਕੇ ਦੀ ਵੀ ਸ਼ਰਮ ਹੋਵੇ ਤੁਸੀਂ ਐਡ ਨਾ ਲਾਵੋ ਪਖੰਡੀਆਂ ਦੀ ਜੇ ਤੁਹਾਨੂੰ ਟਕੇ ਦੀ ਵੀ ਸ਼ਰਮ ਹੋਵੇ ਟਕੇ ਦੀ ਵੀ ਸ਼ਰਮ ਹੋਵੇ ਜੇ ਤੁਹਾਨੂੰ ਉਹਦੇ ਨਾਲ ਭੋਰਾ ਵੀ ਭੋਰਾ ਵੀ ਹਮਦਰਦੀ ਹੋਵੇ ਤੁਸੀਂ ਭੁੱਲ ਕੇ ਵੀ ਨਾ ਐਡ ਲਾ ਮੋ ਹਨਾ ਚਲੋ ਹੋਰ ਵੀਡੀਓ ਤੇ ਲਾ ਲਓ ਜਿੱਥੇ ਉਹ ਪਰਿਵਾਰ ਦਾ ਹਾਲ ਪੁੱਛਦੇ ਆ ਉਸ ਮਾਂ ਦਾ ਜਿਹੜੀ ਬੇਹੋਸ਼ ਹੋਈ ਜਾਂਦੀ ਬਾਰ ਬਾਰ ਤੁਸੀਂ ਵੀਡੀਓ ਤੇ ਹੀ ਨੈਟ ਲਾਵੋ ਮੇਰੇ ਉਹ ਥੱਲੇ ਤੁਸੀਂ ਲਾਈ ਹੋ ਹੁੰਦੀ ਬਸ਼ੀਕਰਨ ਕਰਾਉ ਤੁਹਾਡੇ ਕਰਕੇ ਕਾਰੇ ਹੁੰਦੇ ਪੰਜਾਬ ਚ ਤੁਹਾਡੇ ਕਰਕੇ ਚੈਨ ਲਾ ਲਿਆ ਕਰਕੇ ਹੋਰ ਕੋਈ ਨਹੀਂ ਦਾ ਜ਼ਿੰਮੇਵਾਰ ਤੇ ਹੋਰ ਦਿਖਾਉਣਾ ਜੀ ਤੁਹਾਨੂੰ ਤੇ ਬਾਕੀ ਕੀ ਚੱਲ ਰਿਹਾ ਦੀਨ ਦੁਨੀਆਦਾਰੀ ਚ ਇੱਕ ਟ੍ਰੇਨ ਨੰਗੀ ਆਪਣੇ ਅਸਮਾਨ ਤੋਂ ਤੇ ਸੱਚ ਇੱਕ ਹੋਰ ਖੁਸ਼ੀ ਵਾਲੀ ਗੱਲ ਸਾਂਝੀ ਕਰਨੀ ਰਣਵੀਰ ਕੌਰ ਜੀ ਆ ਪਹਿਲੇ ਪੰਜਾਬੀ ਕੁੜੀ ਹੋਏ ਸੀ ਜਿਹੜੇ 2003 ਦੇ ਗੇਟ ਚ ਯੂ ਐਸ ਦੀ ਆਰਮੀ ਚ ਹੋਏ ਸੀਗੇ ਹਨਾ ਭਾਈ ਜਿਹੜੀਆਂ ਬਾਕੀ ਕਈ ਕੇਂਦਰ ਨੇ ਤੂੰ ਕੁੜੀਆਂ ਕੁੜੀਆਂ ਦੀ ਭੰਡੀ ਕਰਦਾ ਰਹਿਣਾ ਭਰਾਵੋ ਜਿਨ੍ਹਾਂ ਨੇ ਚੰਗੇ ਕਾਰਜ ਕੀਤੇ ਆ ਦੁਨੀਆ ਭਾਰਤ ਚ ਕਮਿਊਨਿਟੀ ਦਾ ਨਾਮ ਉੱਚਾ ਕੀਤਾ ਉਹਨਾਂ ਦੀਆਂ ਸਿਫਤਾਂ ਵੀ ਮੈਂ ਹੀ ਕੀਤੀਆਂ ਮੇਰੀਆਂ ਵੀਡੀਓ ਦੇਖ ਲਿਓ ਤੇ ਰਣਵੀਰ ਕੌਰ ਜੀ ਨਾਲ ਮੇਰੀ ਗੱਲ ਹੋਈ ਤੇ ਇਹਨਾਂ ਦੀ ਇੰਟਰਵਿਊ ਵੀ ਕਰਾਂਗੇ ਹਨਾ ਮਤਲਬ ਬਹੁਤ ਖੁਸ਼ੀ ਵਾਲੀ ਗੱਲ ਆ ਪੀਣਾ ਤੱਕ ਮੇਰੀ ਵੀਡੀਓ ਪਹੁੰਚੀ ਸੀ ਹਨਾ ਤੇ ਨਾਲ ਮੇਰੀ ਗੱਲਬਾਤ ਹੋਈ ਤੇ ਰੇਡੀਓ ਤੇ ਆਪਾਂ ਇਹਨਾਂ ਨਾਲ ਇੰਟਰਵਿਊ ਵੀ ਕਰਾਂਗੇ ਥੈਂਕ ਯੂ ਜੀ ਰਣਵੀਰ ਕੌਰ ਜੀ ਧੰਨਵਾਦ ਤੁਹਾਡਾ ਹਨਾ ਸੋ ਕਹਿੰਦਾ ਭਾਬਾ ਮੇਰੀਆਂ ਵੀਡੀਓ ਮਤਲਬ ਪਈ ਪੰਜਾਬੀ ਫਿਲਮ ਇੰਡਸਟਰੀ ਗਾਣੇ ਵਾਲੇ ਸਾਰੇ ਕਲਾਕਾਰ ਦੇਖਦੇ ਸੁਣਦੇ ਆ ਹਨਾ ਪਰ ਜਿਹੜੇ ਪੰਜਾਬ ਦੀ ਪਹਿਲੀ ਕੁੜੀ ਜਿਹੜੇ ਯੂਐਸ ਆਰਮੀ ਚ ਹੋਏ ਸੀ ਉਹ ਵੀ ਮੇਰੀਆਂ ਵੀਡੀਓ ਦੇਖਦੇ ਤੇ ਹੋਰ 올림픽 ਚ ਆਪਣਾ ਭਰਾ ਗਿਆ ਸੀ ਮੁੱਗੇ ਵਾਲਾ ਉਹ ਵੀ ਹਨਾ 올림픽 ਚ ਜਿਹੜੇ ਪਲੇਅਰ ਖੇਲੇ ਸੀ ਪੰਜਾਬੀ ਮਤਲਬ ਸਾਰੇ ਵੀਡੀਓ ਮਤਲਬ ਖੁਸ਼ੀ ਹੁੰਦੀ ਹੈ ਹਨਾ ਵੀ ਯਾਰ ਕੁਝ ਚੰਗਾ ਕਰ ਰਹੇ ਆ ਤੁਹਾਡੇ ਕਰਕੇ ਹੀ ਆ ਸਾਰਿਆਂ ਕਰਕੇ ਤੇ ਇਹਨਾਂ ਦੀ ਆਪਾਂ ਇੰਟਰਵਿਊ ਕਰਾਂਗੇ ਹਨਾ ਤਾਂ ਜੋ ਹੋਰ ਵੀ ਮੋਟੀਵੇਟ ਹੋ ਸਕਣ ਇਹ ਅਫਗਾਨਿਸਤਾਨ ਦੀ ਤਸਵੀਰ ਹੈ ਜਦੋਂ ਰਣਵੀਰ ਕੌਰ ਜੀ ਅਫਗਾਨਿਸਤਾਨ ਚ ਸੀਗੇ ਉੱਥੇ ਦੀ ਤਸਵੀਰ ਆ ਤੇ ਹੋਰ ਦਿਖਾਉਣਾ ਜੀ ਤੁਹਾਨੂੰ ਤੇ ਬਾਕੀ ਰਿਫਿਊਜੀ ਪ੍ਰੋਗਰਾਮ ਦੀਆਂ ਲਾਸਟ ਚ ਤਸਵੀਰਾਂ ਦਿਖਾਉਣਾ ਇੱਕ ਦੋ ਹੋਰ ਦਿਖਾ ਦਵਾ ਤੇ ਅੱਜ ਦੇ ਦਿਨ ਇੱਕ ਫਲਾਈਟ ਆਪਣੇ ਅਮਰੀਕਾ ਵਾਲਿਆਂ ਦੀ ਇੱਥੇ ਡਿੱਗੀ ਸੀ ਇੱਥੇ ਦਾ ਪ੍ਰਭੂ ਕਈ ਡਿੱਗੀਆਂ ਹੋਈਆਂ ਇਹਦੇ ਬਾਰੇ ਚੰਗੀ ਤਰ੍ਹਾਂ ਡੀਪਲੀ ਪੜ ਕੇ ਦੱਸੂਗਾ ਹਨਾ ਬਹੁਤ ਵੀਰਿਆਂ ਨੂੰ ਅਜੇ ਦੇ ਬਾਰੇ ਪਤਾ ਆ ਮੈਨੂੰ ਬਹੁਤ ਮੈਸੇਜ ਵੀ ਆਉਂਦੇ ਪਾਜੀ ਬਰਮੂਡਾ ਟ੍ਰਾਇੰਗਲ ਬਾਰੇ ਦੱਸੋ ਹਨਾ ਸੋ ਇਧਰ ਆਪਣੇ ਅਮਰੀਕਾ ਦਾ ਫਲੋਰੀਡਾ ਪੈ ਗਿਆ ਕਿਊਬਾ ਪੈ ਗਿਆ ਹਨਾ ਇਧਰ ਹੈ ਬਰਮੂਡਾ ਹਨਾ ਤੇ ਇਹਦੇ ਕਰਕੇ ਇਹਨੂੰ ਬਰਮੂਡਾ ਟ੍ਰਾਇੰਗਲ ਆ ਜਿਹੜਾ ਏਰੀਆ ਇੱਥੇ ਭਰਾਵੋ ਸੈਂਕੜਿਆਂ ਦੇ ਹਿਸਾਬ ਨਾਲ ਸ਼ਿਪ ਹੋਏ ਆਪਣੇ ਹਵਾ ਚ ਉੱਡਣ ਵਾਲੇ ਪਲੇਨ ਹੋਏ ਹਨ ਚਲੋ ਸ਼ਿਪ ਤਾਂ ਪਾਣੀ ਚ ਜਾਂਦਾ ਉਹ ਤਾਂ ਡੁੱਬਿਆ ਮੰਨਦੇ ਉਹ ਜਿਹੜੇ ਉੱਤੇ ਜਾਂਦੇ ਉਹ ਵੀ ਪਤਾ ਨਹੀਂ ਕਹਿੰਦੇ ਲੱਭੇ ਹੀ ਨਹੀਂ ਬਾਈ ਜੀ ਅਮਰੀਕਨ ਆਰਮੀ ਦਾ ਅੱਜ ਦੇ ਦਿਨ ਫਲਾਈਟ ਨੰਬਰ ਫਲਾਈਟ 19 ਉਹਨੂੰ ਕਿਹਾ ਜਾਂਦਾ ਹਨ ਵਿੱਚ 13 14 ਬੰਦੇ ਸੀ ਅਮਰੀਕਾ ਦੇ ਹਨ ਸੋ ਅਮਰੀਕਾ ਦਾ ਤਾਂ ਭਰਾਵੋ ਇੱਕ ਸੈਨਿਕ ਸ਼ਹੀਦ ਹੋ ਜਵੇ ਤਾਂ ਹਲਾ ਲਲਾ ਕਰਾ ਦਿੰਦੇ ਸਾਰੀ ਦੁਨੀਆ ਚ 13 14 ਹੋ ਤਾਂ ਪਤਾ ਹੀ ਨਹੀਂ ਲੱਗਾ ਯਾਰ ਨਾ লাশ ਮਿਲੀ ਨਾ ਹੁਣ ਸੈਂਕੜਿਆਂ ਦੇ ਹਿਸਾਬ ਨਾਲ ਪਲੇਨ ਸ਼ਿਪਤ ਭੋਰਾ ਤਾਂ ਉਹਨਾਂ ਦਾ ਕੋਈ ਸਮਾਨ ਮਿਲੇ ਮਿਲਦਾ ਹੀ ਨਹੀਂਗਾ ਪਤਾ ਨਹੀਂ ਯਾਰ ਕੀ ਕਹਿੰਦੇ ਹੁੰਦੇ ਜ਼ਮੀਨ ਖਾ ਗਈ ਕਿ ਆਸਮਾਨ ਨਿਕਲ ਗਿਆ ਉਹ ਹਿਸਾਬ ਕਿਤਾਬ ਆ ਅਜੇ ਤੱਕ ਭੰਬਲ ਭੂਸਾਈ ਆ ਵੀ ਜਾਂਦਾ ਤਾਂ ਜਾਂਦਾ ਕਿੱਥੇ ਆ ਹਨਾ ਸਾਰਾ ਹੀ ਏਰੀਆ ਦੇਖੋ ਅਮਰੀਕਾ ਕੋ ਟੈਕਨੀਕਾਂ ਕਿੱਦਾਂ ਦੀਆਂ ਸਰਚ ਆਪਰੇਸ਼ਨ ਚੱਲਦੇ ਲੰਮੇ ਲੰਮੇ ਭੋਰਾ ਨਹੀਂ ਕੁਝ ਨਹੀਂ ਮਿਲਦਾ ਯਾਰ ਦਾਇਨੀ ਕੀ ਹਿਸਾਬ ਕਿਤਾਵਿਆ ਹਨਾ ਬਰਮੂਡਾ ਟ੍ਰਾਇੰਗਲ ਦਾ ਚਲੋ ਦੱਸਾਂਗੇ ਤੇ ਅੱਜ ਦੇ ਦਿਨ ਅਮਰੀਕਾ ਦੇ ਵਿੱਚ 14 ਸੈਨਿਕ ਕੜੱਪ ਹੋ ਗਏ ਸੀਗੇ ਹੋਰ ਦਿਹਾਉਨੇ ਆ ਜੀ ਫੋਟੋਆਂ ਰਹਿ ਗਈਆਂ ਦੋਕ ਤੇ ਬਹੁਤ ਕੁਸ਼ ਹੈ ਦੀਨ ਦੁਨੀਆਦਾਰੀ ਚ ਜੀਨਾ ਬਾਰੇ ਅਜੇ ਤੱਕ ਮਨੁੱਖ ਨੂੰ ਸਮਝੇ ਹੀ ਨਹੀਂ ਆ ਰਿਹਾ ਸਭ ਤੋਂ ਵੱਡੇ ਦਾ ਪ੍ਰਾਮੜਿਆ ਇੰਨੇ ਭਾਰੇ ਪੱਥਰ ਕਿਹੜਾ ਪਤੰਦਰ ਦਾ ਉਦੋਂ ਤਾਂ ਕ੍ਰੇਨਾਂ ਵੀ ਨਹੀਂ ਸੀ ਹੁੰਦੀਆਂ ਚਲੋ ਅੱਜ ਜਿਹੜੀਆਂ ਕ੍ਰੇਨਾਂ ਉਹਨਾਂ ਤੋਂ ਵੀ ਨਹੀਂ ਹੁਣ ਵੀ ਨਹੀਂ ਚੱਕਉਣੇ ਉਹ ਭਾਰੇ ਇੰਨੇ ਆ ਪਤਾ ਨਹੀਂ ਕੀ ਕੌਣ ਬਣਾ ਗਿਆ ਸੀ ਤੇ ਕ੍ਰੇਨਾਂ ਤੋਂ ਚੇਤੇ ਆ ਗਿਆ ਆ ਬੰਦਾ ਕਹਿੰਦਾ ਮੈਂ 100 ਬਿਸ਼ਵ ਰਕਾਰਡ ਬਣਾਉਣੇ ਆ 70 72 ਸਾਲ ਦਾ ਹੋ ਗਿਆ ਆ ਇਹ ਜੀ ਕਾਰਾਂ ਚੱਕ ਕੇ ਉਹਨਾਂ ਨੂੰ ਬੈਲੈਂਸ ਕਰਕੇ ਰੱਖਦਾ ਆ ਹਾਂਜੀ ਸਹੀ ਸੁਣਿਆ ਤੁਸੀਂ ਦੇਖ ਸਕਦੇ ਆ ਇਹਦੇ ਤੇ ਮਿਨੀ ਤੇ ਆ ਦੇਖੋ ਜੀ ਇਹ ਮਿਨੀ ਕਾਰ ਦੇਖ ਸਕਦੇ ਆ ਚੱਕੀਓ ਆ ਇਹਦੇ 100 ਬਿਸ਼ਵ ਰਕਾਰਡ ਹੋ ਚੱਲੇ ਆ 90 ਦੇ ਗੇੜ ਚ ਹੋ ਗਏ ਆ ਸੋ ਇਹ ਕੋਈ ਸੌਖਾ ਕਾਰਜ ਨਹੀਂ ਚਲੋ ਕਾਰ ਚੱਕ ਵੀ ਲਊ ਪਰ ਉਹਦਾ ਬੈਲੈਂਸ ਬਣਾ ਕੇ ਰੱਖਣਾ ਸਭ ਤੋਂ ਔਖਾ ਆ ਦੇਖ ਸਕਦੇ ਆ ਜੀ ਡੇਵ ਜੋਨਸੀ ਦਾ ਇਦਾਂ ਦਾ ਨਾਮ ਆ ਕੁਝ ਦੇਖੋ ਹਨਾ ਆ ਨਹੀਂ ਆਦੇ ਜੌਨ ਏਵੈਂਸ ਆ ਟੀ-ਸ਼ਰਟ ਤੇ ਵੀ ਲਿਖਿਆ ਸੌਰੀ ਹਨਾ ਜੌਨ ਏਵੈਂਸ ਇਹਦਾ ਇਹ ਨਾਇਆ ਤੇ ਇਹਦਾ ਨਾਮ ਪੜ ਕੇ ਜੌਨ ਏਵੈਂਸ ਤੁਸੀਂ ਹੋਰ ਵੀ ਦੇਖਿਓ ਨੇ ਪਤੰਦਰ ਨੇ ਕੀ ਕੀ ਚੱਕਿਆ ਆ ਕੋਈ ਨਹੀਂ ਉਹ ਜੌਨਾ ਤੇ ਤੋ ਭਾਰੀ ਦਾ ਪੱਠਿਆਂ ਦੀ ਪੰਡ ਮੈਂ ਚੱਕ ਲੰਦਾ ਸੀ ਚਰੀ ਬਹੁਤ ਸਿਰ ਚ ਜੁੱਬਦੀ ਸੀ ਪਰ ਸੀਨ ਚਟਾਲਾ ਵਧੀਆ ਸੀਗਾ ਸਭ ਤੋਂ ਮਨਪਸੰਦ ਮੇਰਾ ਜਿੱਦਾਂ ਕਈਆਂ ਦੇ ਮਨਪਸੰਦ ਤਿਹਾਰ ਹੁੰਦੇ ਮੇਰੇ ਮਨਪਸੰਦ ਪੱਠੇ ਸੀ ਪਰ ਸੀਨ ਇੱਕ ਤਾਂ ਵੱਡਣ ਨੂੰ ਸੌਖਾ ਵਧੀਆ ਮਜ਼ਾ ਆਉਂਦਾ ਸੀ ਤੇ ਤਸਵੀਰ ਦਿਖਾਉਣੇ ਤੇ ਆਪਣਾ ਇੱਕ ਟ੍ਰੇਨ ਲੰਗੀ ਆ ਪੰਜਾਬ ਚ ਕਹਿੰਦਾ ਭਾਜੀ ਅਸਮਾਨ ਚ ਟ੍ਰੇਨ ਲੰਗੀ ਆ ਵੈਸੇ ਤਾਂ ਸਭ ਨੂੰ ਪਤਾ ਲੱਗ ਹੀ ਗਿਆ ਤੇ ਇਹ ਟ੍ਰੇਨ ਤੁਸੀਂ ਅਸਮਾਨ ਚ ਦੇਖ ਸਕਦੇ ਆ ਜੇ ਤੁਸੀਂ ਦੇਖਣੀ ਹੋਵੇ ਇਹਦਾ ਆਪਸ਼ਨ ਕੀ ਆ ਹੁਣ ਮੈਂ ਆਪਣਾ ਭਰਿਆ ਮਸਰੀ ਦਿਨਾ ਮੈਂ ਸਰੀ ਭਰਿਆ ਮੇਰੇ ਸਾਹਮਣੇ ਸਾਰਾ ਹੀ ਟਾਈਮ ਆ ਗਿਆ ਕਦੋਂ ਇਹ ਨੰਗਣੀ ਆ ਹਨਾ ਆਵਲੀ ਟ੍ਰੇਨ ਹੈ ਸਟਾਰਲਿੰਕ ਆਪਣੇ ਐਲਾਨ ਐਲਾਨ ਮਸਕ ਉਸਤਾਦ ਉਹਨਾਂ ਦੀ ਕੀ ਆ ਹਨਾ ਕੀ ਨਹੀਂ ਛੱਡਿਆ ਆ ਸੋ ਇਹਨਾਂ ਦਾ ਮਤਲਬ ਵੀ ਕਹਿੰਦਾ ਭਾਪ ਸੈਟਲਾਈਟ ਹੀ ਛੱਡੇ ਹੋ ਆ ਵੀ ਪਹਾੜੀ ਏਰੀਆ ਜਿੱਥੇ ਨੈਟ ਨਹੀਂ ਆਉਂਦਾ ਕੈਨੇਡਾ ਚ ਕੈਨੇਡਾ ਕੀ ਸਾਰੀ ਦੁਨੀਆ ਚ ਇੰਡੀਆ ਚ ਮੋਦੀ ਹੋਣਾ ਨਾ ਥੋੜਾ ਰਫੜ ਪਿਆ ਆ ਸੋ ਇਹ ਟ੍ਰੇਨ ਸੀ ਇਹ ਵਾਲੀ ਸਟਾਰਲਿੰਕ ਦੀ ਇਹ ਤੁਸੀਂ ਕਿੱਦਾਂ ਦੇਖ ਸਕਦੇ ਆ ਵੀ ਸਾਡੇ ਤੁਸੀਂ ਪੰਜਾਬ ਚ ਵੀ ਦੇਖੀ ਵੀ ਆ ਵੈਸੇ ਜੇ ਫੇਰ ਦੇਖਣੀ ਹੋਵੇ ਕਿੱਦਾਂ ਦੇਖ ਸਕਦੇ ਆ ਵੀ ਪ੍ਰੋਪਰ ਟਾਈਮ ਕਿਹੜੇ ਪਾਸੇ ਨੂੰ ਦੇਖਣਾ ਉਹਦੇ ਲਈ ਤੁਸੀਂ ਭਰ ਦੇਣਾ ਸਟਾਰ ਲਿੰਕ ਟ੍ਰੇਨ ਟਰੈਕਰ ਸੋ ਆ ਜਾਣਾ ਹਨਾ ਸਟਾਰ ਲਿੰਕ ਟ੍ਰੇਨ ਟਰੈਕਰ ਉਹਦੇ ਸਾਹਮਣੇ ਫੇ ਆ ਜਾਣਾ ਇੱਥੇ ਆਪਣਾ ਦੇਸ਼ ਭਰਦੇ ਹੋ ਪਿੰਡ ਦਾ ਨਾਮ ਭਰਦੇ ਹੋ ਫਾਈਂਡ ਵਿਜੀਬਲ ਟਾਈਮਸ ਸੋ ਮੈਂ ਸਰੀ ਦਾ ਭਰਿਆ ਸੀ ਸਾਰਾ ਹੀ ਆ ਗਿਆ ਹਨਾ 7 ਤਰੀਕ ਨੂੰ ਨੰਗਣੀ ਆ ਉਧਰ ਨੂੰ ਆਪਣੇ ਫੁੱਮਣ ਸਿੰਘ ਦੇ ਚਵਾਰੇ ਹਲਦੀ ਸੋ ਦਿਖਾਵਾਂਗੇ ਤੁਹਾਨੂੰ ਤੇ ਆ ਦੇਖ ਸਕਦੇ ਆ ਤੁਸੀਂ ਵੀ ਇਹਨੂੰ ਹਨਾ ਸੋ ਇਹ ਆਉਂਦੀ ਰਹਿੰਦੀ ਆ ਹਨਾ ਘੁੰਮਦੀ ਰਹਿੰਦੀ ਆ ਤੇ ਬਾਕੀ ਦੇਖ ਲਓ ਭਰਾਵੋ ਲੋਕਾਂ ਨੇ ਅਸਮਾਨ ਚ ਟ੍ਰੇਨਾਂ ਚਲਾਤੀਆਂ ਵੈਸੇ ਟ੍ਰੇਨ ਇਹ ਦੂਜੀ ਨਹੀਂ ਮਤਲਬ ਪਈ ਕਹਿੰਦਾ ਭਾਬਾ ਚਲੋ ਨਾਂ ਦਿੱਤਾ ਗਿਆ ਟ੍ਰੇਨ ਤੇ ਆ ਦੇ ਇਹ ਦੁਨੀਆ ਚ ਘੁੰਮਦੀ ਰਹਿੰਦੀ ਆ ਆ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਰਫਿਊਜੀ ਪ੍ਰੋਗਰਾਮ ਦੀਆਂ ਤੁਹਾਨੂੰ ਦੋ ਤਸਵੀਰਾਂ ਲਾਸਟ ਚ ਦਿਖਾਉਣਾ ਤੇ ਆਪਣੇ ਇੱਧਰ ਆਪਣੇ ਨਾਗਾ ਲੈਂਡ ਸਟੇਟ ਆ ਜਿਹੜੀ ਹਨਾ ਤੇ ਉੱਧਰ ਆ ਦੇਖੋ ਇੰਡੀਆ ਸਕੋਰੀ ਫੋਰਸ ਹੈਵ ਕਿਲਡ ਐਟ ਲੀਸਟ 13 ਸਿਵਿਲਿਅਨਸ ਇਨ ਨਿਅਰ ਦਾ ਮਿਆਮਾਰ ਮਿਆਮਾਰ ਬਰਮਾ ਮੇਰੇ ਪੀ ਆ ਗਏ ਰੰਗੂਨ ਬਾਸ ਸੇ ਕੀਆ ਟੈਲੀਫੋਨ ਪਹਿਲਾ ਆਪਣੇ ਬਜ਼ੁਰਗ ਬਰਮਾ ਵੀ ਬਹੁ ਗਏ ਸੀ ਮਿਆਮਾਰ ਹਨਾ ਸੋ ਸੁਣਿਆ ਹੋਣਾ ਤੁਸੀਂ ਵੀ ਸੁਣਿਆ ਹੋਣਾ ਤੁਹਾਡੇ ਦਾਦਾ ਜੀ ਜਾਂ ਪਰਦਾਦਾ ਜੀ ਉਧਰ ਗਏ ਸੀ ਬਰਮਾ ਹਨਾ ਤੇ ਆਰਮੀ ਪੈਟਰੋਲ ਮਿਸਟੇਕਲੀ ਓਪਨ ਫਾਇਰ ਔਨ ਮਾਈਨਰਸ ਰਿਟਰਨਿੰਗ ਹੋਮ ਆਫਟਰ ਬਾਰਕ 6 ਜਣੇ ਮਾਰਤੇ 7 ਮੋਰ ਸਿਵਿਲਿਅਨਸ ਦੇਖੋ 14 15 ਬੰਦੇ ਭਲੇਖੇ ਨਾਲ ਹੀ ਮਾਰਤੇ ਭਰਾਵੋ ਆਰਮੀ ਨੇ ਪਤਾ ਨਹੀਂ ਕੀ حساب کتاب ਆ ਨਾਗਾ لینڈ ਦੀ ਇਹ ਖਬਰਿਆ ਤੇ ਇੱਕ ਬੀਜੇਪੀ ਦਾ ਉੱਥੇ ਦਾ ਟਾਪ ਦਾ ਲੀਡਰ ਉਹ ਕਹਿੰਦਾ ਮੇਰੀ ਕਾਰ ਤੇ ਵੀ ਗੋਲੀਆਂ ਚਲਾਈਆਂ ਕਹਿੰਦੇ ਝੰਡਾ ਲੱਗਾ ਸੀ ਬੀਜੇਪੀ ਦਾ ਮੇਰੀ ਕਾਰ ਤੇ ਤਾਂ ਵੀ ਆਰਮੀ ਵਾਲਿਆਂ ਨੇ ਮੇਰੀ ਕਾਰ ਤੇ ਗੋਲੀਆਂ ਚਲਾਤੀਆਂ ਬੀਜੇਪੀ ਦੀ ਕਾਰ ਤੇ ਵੀ ਗੋਲੀਆਂ ਚਲਾਤੀਆਂ ਪਤਾ ਨਹੀਂ ਤੇ ਫਿਰ ਲੋਕਾਂ ਨੇ ਗੁੱਸੇ 'ਚ ਆਰਮੀ ਦੇ ਆ ਵਾਹਨ ਸਾੜਤੇ ਪੁਲਿਸ ਦੇ ਜੋ ਵੀ ਆ ਹਨਾ ਸੋ ਭਰਾਵੋ ਪਤਾ ਨਹੀਂ ਕੀ ਹੋ ਰਿਹਾ ਮੋਦੀ ਜੀ ਆਪਕੇ ਰਾਜ ਮੇ ਹੁਣ ਦਿਖਾਉਣੀ ਤੁਹਾਨੂੰ ਤਸਵੀਰਾਂ ਦੋ ਤੇ ਇਹ ਦੇਖੋ ਜੀ ਜਸਟਨ ਟਰੂਡੋ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਇਹਨਾਂ ਨੇ ਟਵੀਟ ਕੀਤਾ ਸੀ ਹਨਾ ਵੀ ਯਸਟਰਡੇ ਅਬਾਊਟ 250 ਪ੍ਰਾਈਵੇਟਲੀ ਸਪੌਂਸਰਡ ਰਿਫਿਊਜੀ ਅਰਾਈਵ ਇਨ ਕੈਨੇਡਾ ਹਨਾ ਸੋ ਇਹ ਇੱਕ ਦਿਨ ਪਹਿਲਾਂ ਦੀ ਨਿਊਜ਼ ਆ ਟੋਟਲ 4000 ਰਿਫਿਊਜੀ ਅਗਸਟ ਤੋਂ ਲੈ ਕੇ ਹੁਣ ਤੱਕ ਕੈਨੇਡਾ ਚ ਆ ਚੁੱਕੇ ਆ 4000 ਹਨਾ ਸੋ ਆ ਦੇਖੋ ਵੀ ਥੈਂਕ ਯੂ ਇਨੀ ਥੱਲੇ ਲਿੰਕ ਪਾਇਆ ਆ ਸੋ ਤੁਸੀਂ ਵੀ ਜੇ ਪੜਨਾ ਚਾਹੁੰਦੇ ਆ ਪ੍ਰੋਪਰਲੀ ਵੀ ਇਹ ਪ੍ਰਾਈਵੇਟਲੀ ਸਪான்ਸਰ ਰਫਿਊਜੀ ਪ੍ਰੋਗਰਾਮ ਕੀ ਆ ਹਨਾ ਜਸਟਨ ਟਰੂਡੋ ਜੀ ਦਾ ਟਵਿੱਟਰ ਤੇ ਜਾਓ ਇੱਕ ਦਿਨ ਪਹਿਲਾਂ ਉਹਨੇ ਪੋਸਟ ਪਾਈ ਹੋਆ ਉਹਦੇ ਥੱਲੇ ਇੱਕ ਲਿੰਕ ਆ ਉਹਨੂੰ ਕਲਿੱਕ ਕਰੋ ਤੇ ਖੁੱਲ ਜਾਣਾ ਆ ਤੇ ਉਹਦੇ ਥੱਲੇ ਕੀ ਲਿਖਿਆ ਆ ਕੌਣ ਕੌਣ ਸਪான்ਸਰ ਕਰ ਸਕਦਾ ਰਫਿਊਜੀਆ ਨੂੰ ਦੇਖੋ ਯੂ ਕੈਨਟ ਸਪੌਂਸਰ ਰਿਫਿਊਜੀ ਓਨ ਯੂਅਰ ਓਨ ਹੁਣ ਮਤਲਬ ਮੈਂ ਕੱਲਾ ਮੈਂ ਨਹੀਂ ਰਿਫਿਊਜੀ ਕੋਈ ਸੱਦ ਸਕਦਾ ਹਨਾ ਮਿਨੀਮਮ ਗਰੁੱਪ ਆਫ 5 ਆ ਗਰੁੱਪ ਆਫ 5 ਮੋਰ ਕਨੇ ਪੰਜ ਜਾਂ ਜ਼ਿਆਦਾ ਤੋਂ ਵੱਧ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਆ ਪੀ ਆ ਅੱਛਾ ਪਰਮਨੈਂਟ ਰੈਜ਼ੀਡੈਂਸ ਵੀ ਸੱਦ ਸਕਦੇ ਬੱਲੇ ਸੋ ਇਹਦੇ ਚ ਸਰਕਾਰ ਨਹੀਂ ਕੋਈ ਪੈਸਾ ਦਿੰਦੀ ਤੁਸੀਂ ਸ਼ੋ ਕਰਨਾ ਆ ਕਿ ਬਾਈ ਜੀ ਉਹਨਾਂ ਦਾ ਰਹਿਣ ਸਹਿਣ ਰੋਟੀ ਪਾਣੀ ਕਟੋਕਟ ਇੱਕ ਦੋ ਸਾਲ ਤੱਕ ਦਾ ਸਾਰਾ ਖਰਚਾ ਚੱਕਾਂਗੇ ਹਨਾ ਔਰ ਦੇਖੋ ਆਰਗੇਨਾਈਜੇਸ਼ਨ ਐਸੋਸੀਏਸ਼ਨ ਕਾਰਪੋਰੇਸ਼ਨ ਦੇਖ ਸਕਦੇ ਆ ਜੀ ਇਹ ਪ੍ਰਾਈਵੇਟ ਸਪੌਂਸਰਸ਼ਿਪ ਪ੍ਰੋਗਰਾਮ ਚੱਲਦਾ ਕੈਨੇਡਾ ਚ ਤੇ ਇੱਕ ਰਿਫੂਜੀ ਸਪੌਂਸਰਸ਼ਿਪ ਇਨ ਕਿਊਬਿਕ ਉਹ ਵੱਖਰਾ ਪ੍ਰੋਗਰਾਮ ਆ ਉਹ ਵੱਖਰਾ ਪ੍ਰੋਗਰਾਮ ਆ ਸੋ ਪੰਜ ਤੋਂ ਵੱਧ ਆਪਣੀ ਚਾਹੀਦੇ ਆ ਪੀਆਰ ਜਾਂ ਸਿਟੀਜ਼ਨਸ਼ਿਪ ਵਾਲੇ ਸੋ ਐਨਾ ਔਖਾ ਵੀ ਹੈ ਨਹੀਂਗਾ ਜੇ ਜੋਈ ਕੋਈ ਚਾਹੁੰਦਾ ਆ ਤਾਂ ਸੱਦ ਵੀ ਸਕਦਾ ਹਨਾ ਜੇ ਕਿਸੇ ਨੂੰ ਸੱਦਣਾ ਹੋਵੇ ਹਨਾ ਤੇ ਮਤਲਬ ਵੀ ਇਹ ਤਾਂ ਡਿਪੈਂਡ ਆ ਵੀ ਬਾਈ ਜੀ ਹਨਾ ਸੋ ਭਰਾਵੋ ਤੇ ਬਾਕੀ ਹੋਰ ਜੀ ਇੱਕ ਹੋਰ ਤਸਵੀਰ ਦਿਖਾਉਨੇ ਆ ਜੀ ਤੇ ਬਾਕੀ ਕੁਦਰਤ ਦੇ ਰੰਗ ਆ ਦੇਖੋ ਹੈ ਤੇ ਬਾਕੀ ਆ ਦੇਖੋ ਜੀ ਇੱਕ ਚੀਜ਼ ਦਿਖਾਉਣਾ ਤੁਹਾਨੂੰ ਤੇ ਉਹ ਸੱਚ ਇੱਕ ਤਸਵੀਰ ਤਾਂ ਰਹੀ ਗਈ ਸੱਚ ਸਭ ਦਾ ਧੰਨਵਾਦ ਜੀ ਆਪਣੇ 2 ਲੱਖ ਫੋਲੋਅਰ ਹੋ ਗਏ YouTube ਤੇ ਤੇ ਮਨਦੀਪ ਸਿੰਘ ਕਾਲਖਵੀਰਾ ਬਹੁਤ ਵਧੀਆ ਕੰਮ ਕਰਦਾ ਪਿਆ ਥੈਂਕ ਯੂ ਸਪੈਸ਼ਲੀ ਪਿੰਡ ਕਾਲਖ ਜੀ ਲਾ ਲੁਧਿਆਣੇ ਵਾਲੇ ਮਨਦੀਪ ਸਿੰਘ ਕਾਲਖ ਦਾ ਤੇ ਆਪਣਾ ਇੰਸਟਾਗ੍ਰam ਵੀ ਆਪਾਂ ਐਕਟਿਵ ਕਰਦਾ ਆ 40000 ਫੋਲੋਅਰ ਆ ਉਹਦੀ ਫੋਟੋ ਦਿਖਾਉਣੀ ਸੀ ਉਹ ਕਿੱਥੇ ਗਈ ਚਲੋ ਸ਼ਾਮ ਨੂੰ ਦਿਖਾ ਦਾਂਗੇ ਹਨਾ ਤੋ ਉਹ ਵੀ ਸਾਰੇ ਫੋਲੋ ਕਰ ਲਓ ਤੇ ਹਿੰਦੀ ਜਿ ਸਵਾਲ ਸਾਰੇ ਪਾਸੇ ਸ਼ੇਅਰ ਕਰੋ ਜੀ ਤੇ ਆ ਲਾਈਵ ਆ ਜੀ ਇੱਥੇ ਵੀ ਲਿੰਕ ਪਾ ਦੇਣਾ ਹਰ ਇੱਕ ਵੀਡੀਓ ਤੇ ਲਿੰਕ ਪਾਇਆ ਆ ਦੇ ਉੱਤੇ ਲਿੰਕ ਖੁੱਲ ਜਾਂਦਾ ਆ ਹਿੰਦੀ ਰੇਡੀਓ ਖੁੱਲ ਜਾਂਦਾ ਹਨਾ ਜੇ ਇੱਥੇ ਨਹੀਂ ਖੁੱਲਦਾ ਕਮੈਂਟ ਸਭ ਤੋਂ ਉੱਤੇ ਹੁੰਦਾ hindi radio.ca ਆਪਣਾ ਰੇਡੀਓ ਫੁੱਲ ਗਿਆ ਇੱਕਾ sire ਤੇ ਐਡ ਤੇ ਕਾ ਮੇਰੇ ਸਿਰ ਤੇ ਹਲੋ ਜੀ ਇੱਥੇ ਕਲਿੱਕ ਕਰ ਦੇਣਾ ਤੇ ਬਾਕੀ ਮੈਨੂੰ ਗੱਲ ਜਿੱਤੇ ਆ ਜਾਂਦੀ ਧੀਰਾ ਪਾਜੀ ਪਿੰਡ ਟੁਡਿੱਕੇ ਵਾਲੇ ਟਰੱਕ ਡਰਾਈਵਰ ਕਹਿੰਦੇ ਭਾਈ ਮੈਂ ਨਾ ਪੜਿਆ ਲਿਖਿਆ ਨਹੀਂ ਪਰ ਮੈਨੂੰ ਬਹੁਤ ਉਹ ਹੁੰਦਾ ਤੂੰ ਹਰ ਇੱਕ ਵੀਡੀਓ ਚ ਕਹਿੰਦਾ ਹਨਾ ਵੀ ਮੇਰੇ ਇੱਕ ਮੇਰੇ ਸਿਰ ਤੇ ਐਡ ਇੱਕ ਮੇਰੇ ਉੱਥੇ ਐਡ ਮੇ ਤੋਂ ਕਲਿੱਕ ਨਹੀਂ ਹੁੰਦੀ ਕੋਈ ਨਹੀਂ ਧੀਰਾ ਬਾਜੀ ਇਦਾਂ ਦੇ ਬਹੁਤ ਵੀਰ ਭਰਾ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਪਰ ਬਹੁਤਿਆਂ ਨੂੰ ਤਾਂ ਪਤਾ ਹੀ ਆ ਕਿੱਦਾਂ ਕਲਿੱਕ ਕਰਨੀ ਹਨਾ ਸੋ ਕਲਿੱਕ ਕਰਕੇ ਧੀਰਾ ਪਾਜੀ ਟੁਡਿੱਕੇ ਵਾਲੇ ਬਹੁਤ ਵਧੀਆ ਬੰਦੇ ਗੱਲ ਹੋਈ ਗੱਲ ਹਨਾ ਡਰਾਈਵਰ ਤੇ ਥੈਂਕ ਯੂ ਜੀ ਕਰਦੇ ਆ ਕਰੋ ਸਾਰੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਡਾਂ ਦਾ ਕਲਿੰਦਰਜੀ ਸਿੰਘ ਜਿਸ ਸਾਲ ਮੁੰਡਾ ਡੱਬਿਆਂ ਦਾ ਪਿੰਡ ਨਰੂੜ ਵਾਲਾ ਮਿਲਦੇ ਆ ਸ਼ਾਮ ਨੂੰ ਨਵੀਂ ਵੀਡੀਓ ਦੇ ਨਾਲ ਸਾਰੇ ਪਾਸੇ ਵੀਡੀਓ ਸ਼ੇਅਰ ਕਰੋ ਲਿੰਕ ਜਰੂਰ ਕਲਿੱਕ ਕਰੋ ਤੇ ਪੇਜ ਵੱਧ ਤੋਂ ਵੱਧ ਫੋਲੋ ਕਰਾਓ ਤੇ ਆਪਣਾ ਇੰਸਟਾਗ੍ਰam ਵੀ ਫੋਲੋ ਕਰੋ ਹੁਣ ਮੈਂ ਟਿਕਟੌਕ ਤੇ ਮੜੀ ਵੀਡੀਓ ਪਾ ਦਵਾ ਅਡਿਓਸ